ਪਠਾਨਕੋਟ ਸ਼ਹਿਰ ਜਿਸ ਨੂੰ ਮੰਦਿਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਸ ਥਾਂ ਤੇ ਆਏ ਦਿਨ ਕਈ ਚਮਤਕਾਰ ਹੁੰਦੇ ਰਹਿੰਦੇ ਹਨ ਅਤੇ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਪਿੰਡ ਐਮਾ ਗੁਜਰਾ। ਐਮਾ ਗੁਜਰਾ ਦੇ ਵਿੱਚ ਇੱਕ ਮੰਦਿਰ ਹੈ ਜਿੱਥੇ ਸ਼ਿਵਲਿੰਗ ਦੇ ਵਿੱਚ ਭਗਵਾਨ ਸ਼ਿਵ ਦੇ ਦਰਸ਼ਨ ਨਜ਼ਰ ਆ ਰਹੇ ਨੇ। ਮੈਨੂੰ ਇੱਥੇ ਆਉਂਦੇ ਨੂੰ ਕੋਈ 14-15 ਸਾਲ ਹੋ ਗਿਆ। ਜਦੋਂ ਦੇ ਅਸੀਂ ਇੱਥੇ ਆ ਰਹੇ ਹਾਂ ਅਤੇ ਅਸੀਂ ਇਹ ਦੇਖਿਆ ਵੀ ਮਹਾਰਾਜ ਆਪੇ ਪ੍ਰਗਟ ਹੋਇਆ ਇੱਥੇ ਸ਼ਿਵਲਿੰਗ ਵਿੱਚ। ਪਹਿਲੇ ਨਹੀਂ ਸੀਗੇ, ਹੁਣ ਸਾਉਣ ਮਹੀਨੇ ਵਿੱਚ ਆਪੇ ਦਰਸ਼ਨ ਦਿੰਦੇ ਪਏ ਆ। ਔਰ ਇਸ ਜਗ੍ਹਾ ਤੋਂ ਆਉਂਦੇ ਹੀ ਜਦੋਂ ਦੇ ਇੱਥੇ ਆਉਂਦੇ ਹਾਂ ਇਹ ਮਹਿਸੂਸ ਹੁੰਦਾ ਕਿ ਬਿਨਾਂ ਮੰਗੇ ਵੀ ਇੱਥੇ ਦਾਤਾਂ ਲੈ ਕੇ ਜਾਂਦੇ ਹਾਂ ਜਾਂ ਸਾਡੇ ਕੰਮ ਹੁੰਦੇ ਆ ਸਿੱਧੇ, ਔਰ ਮਰੀਜ਼ਾਂ ਨੂੰ ਵੀ ਲੈ ਕੇ ਆਉਂਦੇ ਹਾਂ ਤਾਂ ਉਹ ਵੀ ਠੀਕ ਹੋ ਕੇ ਜਾਂਦੇ ਆ। ਪੁੱਤਰਾਂ ਦੀਆਂ ਦਾਤਾਂ ਪਾ ਕੇ ਜਾਂਦੇ ਨੇ ਪੁੱਤਰਾਂ ਵਾਲੇ ਜਿਹਦੇ ਘਰ ਪੁੱਤਰ ਨਹੀਂ। ਅਸੀਂ ਖੁਦ ਰਿਸ਼ਤੇਦਾਰਾਂ ਦੇ ਇਲਾਜ ਕਰਵਾਏ ਨੇ ਇੱਥੇ, ਜੋ ਕਈ ਬੰਦੇ ਪਾਗਲ ਹੁੰਦੇ ਆ ਉਹ ਵੀ ਠੀਕ ਹੋ ਕੇ ਜਾਂਦੇ ਆ ਅਤੇ ਬਾਅਦ ਵਿੱਚ ਇੱਥੇ ਮੱਥਾ ਟੇਕਣ ਆਉਂਦੇ ਆ ਅਤੇ ਔਰ ਦਾਤਾਂ ਲੈ ਕੇ ਜਾਂਦੇ ਆ ਮਹਾਰਾਜ ਦੇ ਇੱਥੋਂ। ਸਾਉਣ ਮਹੀਨੇ ਦੇ ਵਿੱਚ ਮਤਲਬ ਕਿ ਮਹਾਰਾਜ ਖੁਦ ਪ੍ਰਗਟ ਹੋਏ ਆ, ਭਗਵਾਨ ਸ਼ਿਵ ਜੀ ਖੁਦ ਇਹਨਾਂ ਦੇ ਰੂਪ ਪ੍ਰਗਟ ਹੋਏ ਆ ਪਿੰਡੀ ਦੇ ਵਿੱਚ, ਅਤੇ ਇਹ ਬੜੀ ਇੱਕ ਮੇਨ ਗੱਲ ਹੈ ਮਤਲਬ ਕਿ ਸਾਉਣ ਮਹੀਨੇ ਦੇ ਵਿੱਚ ਇੱਦਾਂ ਮਹਾਰਾਜ ਦਾ ਖੁਦ ਵਿੱਚ ਪ੍ਰਗਟ ਹੋਣਾ, ਅਤੇ ਸਾਡੀ ਬੜੀ ਸ਼ਰਧਾ ਹੈ, ਅਸੀਂ ਵੀ ਬੜੀ ਦੂਰੋਂ ਆਏ ਹਾਂ ਦਰਸ਼ਨ ਕਰਨ ਵਾਸਤੇ। ਇਹ ਜੀ ਅੱਜ ਤੋਂ ਕੋਈ 25 ਸਾਲ ਦੀ ਗੱਲ ਹੈ ਜੀ। ਇੱਥੇ ਜਦੋਂ ਦਰਬਾਰ ਦੇ ਵਿੱਚ ਮਹਾਰਾਜ ਦੀ ਮੂਰਤੀਆਂ ਲਿਆਉਂਦੀਆਂ ਸਥਾਪਨਾ ਕੀਤੀ ਹੈ ਅਤੇ ਅਸੀਂ ਉਦੋਂ ਇੰਨੀ ਸਾਨੂੰ ਸਮਝ ਵੀ ਨਹੀਂ ਸੀ ਅਤੇ ਪੰਡਿਤ ਜੀ ਜਦੋਂ 5 ਦਿਨ ਸਥਾਪਨਾ ਕਰਕੇ ਚੱਲ ਗਿਆ ਤਾਂ ਸਾਨੂੰ ਇੰਨਾ ਪਤਾ ਸੀਗਾ ਕਿ ਮਹਾਰਾਜ ਦੇ ਜਲ ਢਾਲਦੇ ਆ। ਅਸੀਂ ਬਾਲਟੀ ਨਾਲ ਜਲ ਢਾਲਦੇ ਰਹੇ ਹਾਂ, ਫਿਰ ਸਾਡੇ ਇੱਥੇ ਪਠਾਨਕੋਟੋਂ ਕੋਈ ਸੱਜਣ ਆਏ, ਉਹ ਕਹਿਣ ਲੱਗੇ ਜੀ ਅਸੀਂ ਮੰਦਰ ਦੂਰ ਪੈਂਦੇ ਆ ਸਾਨੂੰ ਅਤੇ ਤੁਸੀਂ ਤਾਂ ਵਿੱਚ ਰਹਿੰਦੇ ਹੋ ਅਤੇ ਇਕੱਲੀ ਇਕੱਲੀ ਚੀਜ਼ ਦਾ ਇਸ਼ਨਾਨ ਕਰਾਓ, ਇਹ ਦੁੱਧ ਦਹੀਂ ਜਿਸ ਤਰ੍ਹਾਂ 5 ਚੀਜ਼ਾਂ ਦਾ ਅਸੀਂ ਜੀ ਕਰਾਉਣਾ ਸ਼ੁਰੂ ਕਰਤਾ। ਜਦੋਂ ਮੈਂ 2-3 ਹਫ਼ਤੇ ਕਰਾਇਆ ਤਾਂ ਮਹਾਰਾਜ ਦੇ ਨਾਲ ਸ਼ਿਵਲਿੰਗ ਦੇ ਵਿੱਚ ਦਾਗ ਜੇ ਪੈ ਗਏ ਅਤੇ ਮੈਨੂੰ ਲੱਗਾ ਵੀ ਮੇਰੇ ਕੁਛ ਗਲਤ ਹੋ ਗਿਆ। ਆਪਾਂ ਫਿਰ ਉਸੇ ਤਰੀਕੇ ਨਾਲ ਆ ਗਏ ਵੀ ਜਿਸ ਤਰ੍ਹਾਂ ਜਲ ਢਾਲਦੇ ਸੀ ਉਹ ਛੱਡਤਾ ਸਾਰਾ ਕੁਝ। ਜਦੋਂ ਮੈਂ 3ਰੇ ਦਿਨ ਆਏ ਹਾਂ ਅਸੀਂ ਮਹਾਰਾਜ ਦੇ ਇਸ਼ਨਾਨ ਕਰਾਉਣ ਵਾਸਤੇ ਤਾਂ ਸਾਰਾ ਕੁਛ ਗੈਪ ਸੀਗਾ ਅਤੇ ਮਹਾਰਾਜ ਦਾ ਸਰੂਪ ਵਿੱਚ ਬਣਿਆ। ਫਿਰ ਉਹ ਸਾਨੂੰ ਹੋਇਆ ਵੀ ਮਹਾਰਾਜ ਆ ਗਏ, ਸਾਨੂੰ ਇੱਕ ਖੁਸ਼ੀ ਹੋਈ ਬਹੁਤ ਜ਼ਿਆਦਾ ਵੀ ਮਹਾਰਾਜ ਵਿਰਾਜਮਾਨ ਹੋਏ ਨੇ। ਫਿਰ ਉਸ ਤੋਂ ਬਾਅਦ ਡੇਰੇ ਦੇ ਦੁਆਲੇ ਦੁਆਲੇ ਤੋਂ ਧੂਰਾ ਉੱਗਣਾ ਸ਼ੁਰੂ ਹੋ ਗਿਆ। ਅਸੀਂ ਜ਼ਿਮੀਂਦਾਰਾਂ ਕੰਮ ਕਰਨੇ ਆਈ, ਸਾਨੂੰ ਲੱਗਾ ਕਿ ਕੋਈ ਨਵੀਂ ਜੜੀ ਆ ਗਈ, ਅਸੀਂ ਟਰੈਕਟਰ ਨਾਲ ਵਾਹਤੀ, ਉਹ ਜਿਸ ਤਰ੍ਹਾਂ ਹੀ ਵਾਹੀ ਉਹ ਫੇਰ ਦੁਆਰਾ ਉਸੇ ਤਰ੍ਹਾਂ ਹੀ ਹੋ ਗਈ। ਆਪਾਂ ਫੇਰ ਦੁਆਰਾ ਜਦੋਂ ਵਾਹੀ ਫਿਰ ਮਹਾਰਾਜ ਨੇ ਸਾਡੇ ਘਰ ਦੇ ਵਿੱਚ ਬੂਟੇ ਲਗਾਏ ਕਿਆਰੀਆਂ ਦੇ ਵਿੱਚ, ਪਰ ਕਿਸੇ ਨੇ ਬੀਜ ਨਹੀਂ ਖਿਲਾਰਿਆ ਕੁਛ ਨਹੀਂ, ਉੱਥੇ ਉੱਗਣੇ ਸ਼ੁਰੂ ਹੋ ਗਏ ਸਾਡੇ ਘਰ ਦੇ ਵਿੱਚ। ਫਿਰ ਲੰਘਦੇ ਮੈਂ ਕਿਸੇ ਸਿਆਣੇ ਨੂੰ ਜਿਸ ਤਰ੍ਹਾਂ ਬਜ਼ੁਰਗ ਪਿੰਡ 'ਚ ਹੁੰਦੇ ਆ ਉਹਨਾਂ ਨੂੰ ਪੁੱਛਿਆ, ਮੈਂ ਜੀ ਇਹ ਕਿਹੜੀ ਜੜੀ ਹੈ, ਮੈਨੂੰ ਇਹਦੇ ਬਾਰੇ ਪਤਾ ਨਹੀਂ। ਉਹ ਆਉਂਦੇ ਜੀ ਇਹ ਅਕਤ ਧੂਰਾ ਹੈ, ਮਹਾਰਾਜ ਭੋਲੇ ਸ਼ੰਕਰ ਦੇ ਚੜ੍ਹਦਾ। ਉਹਦੇ ਤੋਂ ਬਾਅਦ ਹੁਣ ਸਾਡੇ ਡੇਰੇ ਦੇ ਦੁਆਲੇ ਵੀ ਮਤਲਬ ਅਕਤ ਧੂਰਾ ਅਤੇ ਸਾਡੇ ਵਿਹੜੇ ਦੇ ਵਿੱਚ ਵੀ ਅੱਜ ਤੱਕ ਮਤਲਬ ਹਰ ਸਾਲ ਦੇ ਵਿੱਚ ਮਤਲਬ 24 ਘੰਟੇ ਜਾਣ ਕੇ 12 ਮਹੀਨੇ ਹੀ ਉਹ ਰਹਿੰਦਾ। ਫਿਰ ਜਦੋਂ ਆਪਾਂ ਫਿਰ ਪ੍ਰੋਪਰ ਸੇਵਾ ਕਰਨੀ ਸ਼ੁਰੂ ਕੀਤੀ ਤਾਂ ਮਹਾਰਾਜ ਦਾ ਫਿਰ ਇੱਕ ਸਰੂਪ ਪਿਛਲੇ ਪਾਸੇ, ਜਿਸ ਤਰ੍ਹਾਂ ਪਹਿਲਾ ਸਰੂਪ ਅਗਲੇ ਪਾਸੇ ਆਇਆ, ਫਿਰ ਦੂਸਰਾ ਸਰੂਪ ਮਹਾਰਾਜ ਦਾ ਪਿਛਲੇ ਪਾਸੇ ਆਇਆ। ਉਹ ਫਿਰ ਬੜਾ ਅਲਾਈ ਰੂਪ ਹੈ, ਸਰੂਪ ਹੈ ਮਹਾਰਾਜ ਦਾ,
ਕਿ ਉਹਦੇ ਵਿੱਚ ਪੂਰਾ ਮਹਾਰਾਜ ਦੇ ਹੋਠ ਨੇ, ਮਤਲਬ ਜਿਸ ਤਰ੍ਹਾਂ ਨੱਕ ਹੈ ਇਸ ਤਰ੍ਹਾਂ ਵਿੱਚ ਗਲ 'ਚ ਮਾਲਾ ਨੇ, ਇੱਕ ਪਾਸੇ ਗੰਗਾ ਮਈਆ ਜੀ ਦੀ ਮਤਲਬ ਪ੍ਰੀਤਮਾ ਬਣੀ ਹੈ, ਅਤੇ ਮਤਲਬ ਸਾਰਾ ਕੁਛ ਅਜੀਬੋ ਗਰੀਬ ਹੈ ਜੀ। ਮਤਲਬ ਜਿਸ ਤਰ੍ਹਾਂ ਕਿ ਇੱਕ ਮੰਨਣ ਦੇ ਵਿੱਚ ਸਾਰੀ ਦੁਨੀਆ ਮੰਨਦੀ ਹੈ, ਪਰ ਸ਼ਿਵਲਿੰਗ ਦੇ ਵਿੱਚ ਮਹਾਰਾਜ ਦਾ ਪ੍ਰਗਟ ਹੋਣਾ ਸਾਡੇ ਵਾਸਤੇ ਇੱਕ ਚਮਤਕਾਰ ਹੈ। ਤਾਂ ਇਸ ਹੀ ਪਿੰਡ ਐਮਾ ਗੁਜਰਾ ਦਾ ਉਹ ਸ਼ਿਵ ਮੰਦਿਰ ਜਿੱਥੇ ਲੋਕਾਂ ਦਾ ਮੰਨਣਾ ਹੈ ਕਿ ਸ਼ਿਵਲਿੰਗ ਵਿਖੇ ਭਗਵਾਨ ਸ਼ਿਵ ਦੀ ਆਕ੍ਰਿਤੀ ਨਜ਼ਰ ਆ ਰਹੀ ਹੈ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਆਕ੍ਰਿਤੀ ਸਾਉਣ ਦੇ ਮਹੀਨੇ ਵਿੱਚ ਨਜ਼ਰ ਆਈ ਸੀ, ਜਿਸ ਤੋਂ ਬਾਅਦ ਇਸ ਮੰਦਿਰ ਦੇ ਵਿੱਚ ਲੋਕਾਂ ਦੀ ਆਮਦ ਵੱਡੀ ਗਿਣਤੀ ਵਿੱਚ ਵਧੀ ਹੈ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।